फिरोजपुर के सरहदी कस्बा ममदोड़ के बीती देर शाम उस समय दहशत का माहौल बन गया जदों एस टी एफ टीम नशा तस्कर विचकार फायरिंग शुरू हो गई। मौके पर मिली जानकारी के अनुसार कस्बा ममदोड़ के सरहदी एरिया नशा तस्कर होने की गुप्त सूचना मिलने पर एस टी एफ की टीम ने जदों दो मोटरसाइकिल सवार का पीछा करद पिंड राउके हिटाण पहुंचे तो नशा तस्कर पुलिस विचकार मुठभेड़ हो आमनो सामने हुई। फायरिंग के एक तस्कर के पट के गोली लगी है। दो मोटरसाइकलों से सवार चार तस्करों के विचों दो जने भजन दे विच कामयाब हो गए अते एक तस्कर फड़िया गया है जिन्हां दे विचों एक गुरदीप सिंह उर्फ काली शूटर वासी जामा नाम नाल भी जाना जाता है। तस्कर जख्मी हो गया। काबू किए तस्करों नूं हिरासत विच लैके पुलिस वालों अगे की कार्रवाई की जा रही है। अज साडी टीम जिहड़ी हैगी है इलाका थाना ममदोट ते इलाका थाना लखो के ब्राम तो हुंदी हुई सस्पेक्टेड परसन की चैकिंग करती हुई तो पीओ जिहड़े एन डी पी एस सैक्ट दे उन्होंने तलाश के संबंध में गुरु साहिब वाली साइड में जा रही थी गोलू वाले पासे तो जब पिंडी पहुँचे तो मेरे हैड कॉन्सटेबल हरजीत सिंह एक उहदे इनफॉर्मर ने गड्डी रुकवा के साइड दे करके तलाह दित्ती भी जिहड़े गुरदीप सिंह उर्फ काली पुत्र कृपाल सिंह वासी जामा रखैया ते लवप्रीत सिंह एलियस लवी पुत्र जरनैल सिंह वासी राउके ठाड़ सिकंदर सिंह एलियस सोनू पुत्र नूप सिंह गट्टी राजोकी एक होर अननोन बंदा ये इस इलाके दे विच हैरोइन की सप्लाई का काम करते हैं ते इन्हां कोले इलीगल वैपन भी होंदे है। इस करके ਇਹ ਅਪਲਾ ਮੇਰੇ ਹੈੱਡ ਕਾਂਸਟੇਬਲ ਦੀ ਫੋਰਸ ਸੀਗੀ ਇਸ 'ਤੇ ਅਸੀਂ ਇਹਨਾਂ ਦੇ ਖਿਲਾਫ ਰੁਕਾ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਐਸ ਟੀ ਐਫ ਮੁਹਾਲੀ ਭੇਜ ਦਿੱਤਾ। ਮੁਖਬਰ ਨੇ ਇਹ ਵੀ ਦੱਸਿਆ ਸੀਗਾ ਵੀ ਇਸ ਟਾਈਮ ਵੀ ਦੋ ਮੋਟਰਸਾਈਕਲਾਂ 'ਤੇ ਗਜਨੀ ਵਾਲੇ ਵਾਲੀ ਸਾਈਡ 'ਤੇ ਹੈਰੋਇਨ ਦੀ ਸਪਲਾਈ ਕਰਦੇ ਫਿਰਦੇ ਆ। ਜੇ ਇਹਨਾਂ ਦੀ ਇੱਥੇ ਭਾਲ ਕੀਤੀ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀਂ ਤੁਸੀਂ ਕਾਬੂ ਕਰ ਸਕਦੇ ਹੋ, ਹੈਰੋਇਨ ਬਰਾਮਦ ਕਰ ਸਕਦੇ ਹੋ, ਇਹਨਾਂ ਤੋਂ ਲੀਗਲ ਵੈਪਨ ਵੀ ਬਰਾਮਦ ਕੀਤੇ ਜਾ ਸਕਦੇ ਆ। ਕਿਉਂ ਫਿਰ ਇਸ ਤਲਾਹ 'ਤੇ ਮੈਂ ਆਪਣੀ ਸਾਰੀ ਫੋਰਸ ਨੂੰ ਬਰੀਫ ਕੀਤਾ ਨਾਲ ਲਿਆ ਨਾਲ ਲੈ ਕੇ ਅਸੀਂ ਇਹਨਾਂ ਦੀ ਤਲਾਸ਼ ਕੀਤੀ ਤਾਂ ਜਦੋਂ ਗਜਨੀ ਵਾਲਾ ਤਾਂ ਰਾਉਕੇ ਠਾੜ ਨੂੰ ਜਾ ਰਹੇ ਸੀ ਤਾਂ ਸਾਨੂੰ ਇਹ ਬੰਦਿਆਂ ਨੇ ਮਿਲ ਗਏ ਇੱਥੇ। ਜਦੋਂ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਨੂੰ ਦੇਖਿਆ ਇਹ ਇਸ ਗੱਲ 'ਤੇ ਹੋ ਗਏ ਵੀ ਇਹ ਪੁਲਿਸ ਆ ਸਾਨੂੰ ਫੜੇਗੀ। ਇੱਕ ਕਾਲੀ ਸ਼ੂਟਰ ਕੋਲ ਆਪਣਾ ਇੱਕ ਵੈਪਨ ਵੀ ਸੀਗਾ। ਇਹ ਸਾਰੇ ਆਪੋ ਆਪਣੇ ਜਿਹੜੇ ਦੌੜਨ ਲੱਗੇ ਵੱਖ ਵੱਖ ਦਿਸ਼ਾਵਾਂ ਨੂੰ ਅਤੇ ਕਾਲੀ ਸ਼ੂਟਰ ਕੋਲ ਜਿਹੜਾ ਵੈਪਨ ਸੀਗਾ ਉਹਦੇ ਨਾਲ ਉਹਨੇ ਸਾਡੀ ਪੁਲਿਸ ਪਾਰਟੀ 'ਤੇ ਫਾਇਰਿੰਗ ਵੀ ਕੀਤੀ ਜਿਹਦੇ ਨਾਲ ਅਸੀਂ ਆਪਣੇ ਬਚਾਓ ਲਈ ਹਵਾਈ ਫਾਇਰ ਕੀਤੀ ਤਾਂ ਇਹ ਫਿਰ ਇੰਜਰਡ ਹੋ ਗਿਆ। ਇੰਜਰਡ ਹੋਇਆ ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਹੋਸਪਿਟਲ ਭੇਜ ਦਿੱਤਾ ਅਤੇ ਜਿਹੜਾ ਇੱਕ ਇਹਨਾਂ ਦੋ ਬੰਦੇ ਇੱਥੋਂ ਜਿਹੜੇ ਹੈਗੇ ਆ ਲਵਪ੍ਰੀਤ ਸਿੰਘ ਅਤੇ ਇੱਕ ਅਨਨੋਨ ਬੰਦਾ ਜਿਹੜਾ ਇਹ ਦੌੜਨ ਵਿੱਚ ਕਾਮਯਾਬ ਹੋ ਗਏ। ਇੱਕ ਇਹਨਾਂ ਦਾ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ, ਪਿਸਟਲ ਮਿਲ ਗਿਆ ਸਾਨੂੰ ਅਤੇ ਉਹਦੇ 'ਚ ਚੱਲਿਆ ਹੋਇਆ ਕੋਲ ਕਾਰਤੂਸ ਮਿਲ ਗਿਆ ਜਿਹੜਾ ਉਸ ਮੁਲਜ਼ਮ ਵੱਲੋਂ ਚਲਾਇਆ ਗਿਆ ਕਾਲੀ ਗੁਰਪ੍ਰੀਤ ਸਿੰਘ ਕਾਲੀ ਵੱਲੋਂ। ਔਰ ਇਸ ਤੋਂ ਇਲਾਵਾ ਸਾਨੂੰ ਇਹਨਾਂ ਕੋਲੋਂ 265 ਗ੍ਰਾਮ ਹੈਰੋਇਨ ਆ ਜਿਹੜੀ ਹੈ ਸੋਨੂ ਕੋਲੇ ਫੜੀ ਹੋਈ ਸੀ ਉਹ ਬਰਾਮਦ ਕੀਤੀ। ਕੋਈ ਬੰਦਾ ਵੀ ਗ੍ਰਿਫਤਾਰ ਕੀਤਾ? ਇਹਦੇ ਵਿੱਚ ਅਸੀਂ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਪਰ ਉਹਦਾ ਜੇ ਇਲਾਜ ਚੱਲ ਰਿਹਾ ਇਸ ਕਰਕੇ ਉਹਨੂੰ ਫਿਰ ਸਰ ਜਿਹੜਾ ਜ਼ਖਮੀ ਆ ਸੀ ਉਹਨੂੰ ਕਿੱਥੇ ਰੈਫਰ ਕੀਤਾ ਜੀ? ਉਹਨੂੰ ਅਸੀਂ ਗੁਰੂ ਸਾਹਿਬ ਭੇਜਿਆ ਸੀ ਪਰ ਗੁਰੂ ਸਾਹਿਬ ਹੋਸਪਿਟਲ ਵੱਲੋਂ ਆਪਣੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਕੁੱਲ ਕਿੰਨੇ ਜਣੇ ਸ਼ਾਮਿਲ ਨੇ ਅਤੇ ਕਿਹੜੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ? ਇਹ ਚਾਰ ਬੰਦੇ ਨੇ ਜੀ। ਅਸੀਂ ਜਿਹੜਾ ਇਹਨਾਂ ਦੇ ਖਿਲਾਫ਼ ਐਨ ਡੀ ਦੇ ਬਾਰੇ ਅਤੇ ਆਰਮਜ਼ ਐਕਟ ਦੇ ਬਾਰੇ ਤਾਂ ਐਸ ਟੀ ਐਫ ਥਾਣਾ ਮੁਹਾਲੀ ਵਿਖੇ 2168 ਅਤੇ 25 ਆਰਮਜ਼ ਐਕਟ ਦਾ ਪਰਚਾ ਦਰਜ ਕੀਤਾ। ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਸਾਡੇ 'ਤੇ ਫਾਇਰਿੰਗ ਕੀਤੀ ਹੈ ਉਹਦਾ ਅਸੀਂ ਇਹਨਾਂ ਦੇ ਖਿਲਾਫ਼ ਥਾਣਾ ਮਮਦੋੜ ਪਰਚਾ ਦਰਜ ਕੀਤਾ।